ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣ ਮਿੱਤਰਾਂ ਨੂੰ। ਅੱਜ ਆ ਗਏ ਤਾਂ ਆਪਾਂ ਖੇਤਾਂ ਵਾਂ ਨੇਲੀਏ ਵੀ ਆਪਾਂ ਨੇ ਠੇਕੇ ਵਾ ਖੇਤ ਦੇਖਣ ਆਏ ਹਾਂ। ਉਹਨਾਂ ਮਿਲੋ ਮਿੰਦੂ ਨੂੰ, ਅੱਜ ਫਿਰ ਟੱਕਰ ਗਿਆ ਹੋ। ਅੱਛਾ ਜੀ, ਤੋ ਦਿਖਾਵਾਂ ਬਾਈ, ਮੀਂਹ ਪੈ ਗਿਆ ਪਹਿਲਾਂ ਉਰਲੇ ਖੇਤਾਂ ਤੋਂ ਕੁਛ ਨਹੀਂ ਵਿਗੜਿਆ। ਪਿੱਛੇ ਜੀ ਹੈਗੇ ਆ ਕਿੱਲਾ 2 ਕਿੱਲੇ, ਤੋ ਉਹਨਾਂ ਮੈਂ ਥੋੜ੍ਹਾ ਜਿਹਾ ਹੈ ਡੂੰਘੇ ਖੇਤ ਲੀਏ ਵੇ ਬਾਈ ਨੇ ਠੇਕੇ ਵਾ ਮਨ ਨੇ ਪਾਣੀ ਕੀ ਚੱਕਰ ਬੱਬਾ ਉਰੇ ਥੋੜ੍ਹਾ ਜਿਹਾ। ਬਾਕੀ ਦੇਖੋ ਕਣਕ ਕਿਹੋ ਜਿਹੀ ਖੜੀ ਹੈ, ਉਹ ਆਪਣੀ ਸਰੋਂ ਖੜੀ ਹੈ 1 ਕਿੱਲਾ, ਬਾਕੀ ਨੇ 8 ਕਿੱਲੇ ਹੈ ਬਾਈ ਉਰੇ ਡੂੰਘੇ ਜੇ। ਇੱਧਰਲੇ ਖੇਤਾਂ ਦਾ ਤਾਂ ਕੋਈ ਚੱਕਰ ਨਹੀਂ, ਪਰ ਨੀਚੇ ਥੋੜ੍ਹੇ ਜਿਹੇ ਡੂੰਘੇ ਹੈ ਉਹਨਾਂ ਦਾ ਚੱਕਰ ਹੈ। ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਵਾਂ ਵੀ ਕਿਆ ਹਾਲਤ ਹੈ ਕਿਆ ਨਹੀਂ। ਮੈਂ ਵੀ ਕਈ ਦਿਨਾਂ ਬਾਅਦ ਆਇਆ ਅੱਜ ਬਾਈ ਇੱਧਰ ਨੂੰ, ਅਤੇ ਅੱਜ ਮੀਂਦੂ ਨੂੰ ਕਰ ਲਈਏ ਤਾਂ ਫੋਨ, ਮੈਂ ਕਿਹਾ ਆ ਜਾ ਤੂੰ ਵੀ, ਕਹਿ ਰਿਹਾ ਆ ਰਿਹਾ ਮੈਂ ਵੀ। ਕਿਆ ਕਹਿਣਾ ਚਾਹੋਗੇ? ਬਸ ਵੀਰੇ ਹੈਂ, ਬਾਬੇ ਦੀ ਮਿਹਰ ਬਖਸ਼ ਤੇ ਬਾਈ ਮੀਂਹ ਦੂ ਕੇ ਤੋਂ ਖੇਤ ਥੋੜ੍ਹੇ ਜਿਹੇ ਉੱਚੇ ਹੈ ਮੇਰੇ ਵਾਲੇ ਦੇ, ਇਸ ਕਦੋਂ ਕੋਈ ਨੁਕਸਾਨ ਨਹੀਂ ਹੈ, ਇਹ ਤੋਂ ਖੁਸ਼ ਹੈ ਪੂਰਾ। ਬਾਕੀ ਤੁਹਾਨੂੰ ਕਿਉਂ ਨਜ਼ਾਰੇ ਲੈਂਦੇ ਹਾਂ ਜ਼ਿੰਦਗੀ ਦੇ, ਟੈਨਸ਼ਨ ਫਿਕਰਾਂ ਚ ਨਹੀਂ ਧਰਿਆ ਪਿਆ। ਅੱਛਾ ਜੀ, ਚਲੋ ਟੈਨਸ਼ਨ ਫਿਕਰਾਂ ਤੋਂ ਬਾਈ ਜ਼ਿੰਦਗੀ ਕੀ ਕਹਿ ਲਓ, ਜੰਮ ਜਾ ਜਿੱਦਣ ਬੰਦਾ ਜੰਮ ਜਾ, ਅੱਜ ਕੱਲ੍ਹ ਤੋਂ ਕਹਿ ਲਓ ਟੈਨਸ਼ਨਾਂ ਫਿਕਰਾਂ ਸਭ ਕੁਛ ਜੰਮ ਜਾ। ਬਾਕੀ ਕਹਿਣੇ ਕੀ ਬਾਤਾਂ ਐਤਕੀ ਤੂੰ ਮੀਂਦੂ ਕੀ, ਟੈਨਸ਼ਨ ਤੋਂ ਇਹ ਵੀ ਤਕੜੀ ਹੈ। ਠੀਕ ਹੈ ਬਾਈ, ਅੱਗੇ ਦਿਖਾਵਾਂ ਤੁਹਾਨੂੰ, ਇਹ ਸਨਕੋਰ ਗਿੱਲ, ਇਹ ਗੱਬੇ ਟਾਕੀ ਪੈਰੀ, ਇਹ ਮੇਰੇ ਪਰੇ ਸਨਕੋਰ ਗਿੱਲ ਫੁੱਗੀ ਦੀ। ਲੈ ਬਾਈ 1 ਕਿੱਲੇ ਗਾ ਖਤਰਾ ਮਾਨੂੰ ਜਾਣੇਗਾ, ਇਹ ਦੇਖੋ ਇਸ ਮਤੇ ਟਾਕੀਆਂ ਜਹੇਗੀ ਬਾਈ। ਇਸ ਖੇਤ ਮਾਂ ਇਹੋ ਜਿਹਾ ਕੰਮ ਹੈ ਬਾਈ, ਉਹ ਤਲੇ 'ਤੇ ਡਾਕਰੋਂ ਨਿਕਲੀ ਜਾ, ਸਮਾਂ ਰੇਤਾ ਨਹੀਂ ਆਉਂਦਾ। 5-5.5 ਫੁੱਟ ਖੱਡਾ ਮਾਰ ਲਈ ਆ ਮੈਂ ਇਸ ਮਾਂ ਬਾਂਸ ਬੋਕੀ ਗਿੱਲ, ਪਰ ਉਹ ਨਹੀਂ ਆਉਂਦਾ ਬਾਈ। ਇਸ ਮਾਂ ਤਲੇ ਰੇਤ ਚਿੱਕਣ ਹੈ ਬਾਈ, ਨੀਚੇ ਤੱਕ ਪਾਣੀ ਖਾਂਦਾ ਕੋਈ ਨਹੀਂ, ਉਹ ਪਾਣੀ ਖੜਿਆ ਰਹਾ ਸਮਾਂ, ਨਾ ਇਸ ਕਰਕੇ ਕਿਧਰੀ ਪਾਣੀ ਨਿਕਲਾ ਬਾਈ। ਇਵੇਂ ਤੁਹਾਨੂੰ ਪਤਾ ਦੂਸਰੇ ਖੇਤ ਮੈਂ ਕਿਸੀ ਕੀ ਮੈਂ ਕੱਢ ਨਹੀਂ ਸਕਦੇ, ਮੀਂਹ ਪਿਆ ਵਾ ਸਾਰੇ ਖੇਤਾਂ ਮਾਂ। ਅਤੇ ਮੀਂਦੂ ਨੂੰ ਕਿਹਾ ਤਾਂ ਮੀਂਦੂ ਵੀ ਜਵਾਬ ਦੇ ਗਿਆ ਬਾਈ, ਕਹਾ ਕਣਕ ਮੱਗ ਜਾਏਗੀ ਮੇਰੀ, ਹਾਂ ਇਹੀ ਬੋਲਾ ਬਾਈ ਉਹ। ਫਿਰ ਸਰੋਂ ਵਾਲਾ ਕਹਾਂ ਵਿਹਲਾ ਪਿਆ, ਸਰੋਂ ਨਹੀਂ ਮਰੇਗੀ ਫਿਰ, ਸਰੋਂ ਤਾਂ ਪਹਿਲਾਂ ਹੀ ਰੱਬ ਨੇ ਕਿ ਰਹਿੰਦੀ ਖੁੰਦੀ 'ਚ ਹਿਲਾ ਦੀ ਬਾਈ। ਸਰੋਂ ਬਹੁਤ ਬੀਜੀ ਵੀ ਦੀ ਬਾਈ ਐਤਕੀ ਮਾਰੇ ਪਿੰਡ ਮਾਂ, ਪਰ ਰੱਬ ਨੇ ਹਿਲਾ ਕੇ ਗੇਰਦੀ ਸਾਰੀ, ਪਤਾ ਨਹੀਂ ਨਿਕੜੇਗੇ 5-4 ਕੁਇੰਟਲ, ਪਤਾ ਨਹੀਂ ਨਹੀਂ ਨਾ। ਇਹ ਦੇਖੋ ਬਾਈ ਨੇ ਸਾਰੀ ਟੱਕੀ ਆ ਜਿਹੜੀ ਪੀਲੀ ਹੋ ਰਹੀ ਨੇ ਮਰੇਗੀ, ਚਲੋ ਕੋਈ ਚੱਕਰ ਨਹੀਂ। ਇਹ ਤੋਂ ਜ਼ਿਮੀਦਾਰ ਆ ਬਾਈ, ਇਸ ਮੈਂ ਤੋਂ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਾ, ਕਿਸੇ ਸਾਲ ਵਾਧਾ ਕਿਸੇ ਸਾਲ ਘਾਟਾ, ਕੋਈ ਦਿੱਕਤ ਵਾਲੀ ਬਾਤ ਨਹੀਂ। ਨੇ ਸਾਰੀ ਟੱਕੀ ਆ ਜਿਹੜੀ ਪੀਲੀ ਹੋ ਗਈ ਜ਼ਮੀਂ 'ਤੇ ਬਾਈ, ਕਿਉਂਕਿ ਮੀਂਹ ਬਾਈ ਉੱਪਰੋਂ ਥੜੀ ਪਈ ਗਏ, 2-3 ਮੀਂਹ ਇਕੱਠੇ ਹੀ ਪੈ ਗਏ, ਇਹ ਲਾਲ ਸਮੇਂ ਤੀਸਰਾ ਮੀਂਹ ਪੈ ਗਿਆ। ਫਿਰ ਜਦ ਮੜ ਜਾ ਖੇਤ ਨੂੰ ਹਵਾ ਲੱਗਣ ਲੱਗਾ, ਜਦੀ ਮੀਂਹ ਪੈ ਜਾ, ਜਦੀ ਮੀਂਹ ਪਾ ਦੇ ਰੱਬ, ਕਿਆ ਕਰਾਂ ਰੱਬ ਦਾ। ਉਰੇ ਬਾਈ ਖੱਡੇ ਮਾਰੇ ਵੇ ਮੈਨੇ ਬਾਂਸ ਬੋਕੀ ਗਿੱਲ, ਪਰ ਮੈਂ ਗਿੱਲ 7-8 ਖੱਡੇ ਮਾਰੇ ਵੇ, ਪਰ ਪਾਣੀ ਖਾਂਦੀ ਉਹ ਨਹੀਂ, ਨੀਚੇ ਚਿੱਕਣ ਹੈ ਨਾ ਤਾਂ ਕਰਕਾ। ਇਹ ਬਾਈ ਇਤਨੇ ਡੂੰਘੇ ਨੇ, ਇੱਧਰ ਹੀ ਡੂੰਘਾ, ਇਹ ਖੇਤ ਉੱਚਾ। ਸਾਡੇ ਪਿੰਡ ਕੇ ਬੰਦੇ ਬਾਈ ਅੰਬਾਲਾ ਸ਼ਹਿਰ ਰਹਿਣਾ ਨੇ, ਉਹਨੇ ਕਿਹਾ ਖੇਤ ਆਪਾਂ ਨੇ ਠੇਕੇ ਪਾ ਲਈਏ ਵੇ, ਚੱਲ ਦੇਖੋ ਉਦੋਂ ਟਾਈਮ ਬਤਾਵੇਗਾ। ਨਾ ਨਾ ਲੜਨੇ ਨੂੰ ਕਹੀਂ, ਇਹ ਆਪਣਾ ਵੱਟ ਕਰਾਉਣਾ, ਆਪਣੀ ਕਮਾਈ ਬਾਈ ਸਭ ਨੇ ਖਾਣੀ, ਜਿਹੜਾ ਜਿੰਨੀ ਮਿਹਨਤ ਕਰ ਲੇਗਾ ਉਨੇ ਕਮਾ ਲੇਗਾ, ਹੈ ਕਿ ਨਹੀਂ। ਕੋਈ ਚੱਕਰ ਨਹੀਂ, ਦੇਖੋ ਬਾਈ ਉਰੇ ਨਹੀਂ ਸਰ ਰਹੀ ਕਣਕ, ਇਹ ਕੂਣਾ ਉੱਚਾ ਇਸਕਾ, ਇਹ ਉੱਚਾ ਵੀ ਕੂਣਾ ਇਸ ਤਰ੍ਹਾਂ ਹੋਇਆ ਵਾ, ਉਹ ਗਗਨੇਗਾ ਘਰੇ ਪੈ ਪੈ ਕੇ ਸਾਰਾ, ਉਰੇ ਗਈ ਵੀ ਮਿੱਟੀ ਬਾਈ ਸੈਡਾਂ ਮੈਂ ਦੇਖੋ, ਇਹ ਕੂਣਾ ਉੱਚਾ ਹੋ ਗਿਆ, ਇਹ ਗਗਨੇ ਕੇ ਖੇਤ ਮੈਂ ਦੇ ਖਦਾਨ ਪੈ ਪੈ ਗਾ ਸਾਰੇ, ਇੱਧਰ ਨੂੰ ਗਏ ਵੇ ਆ, ਇਹ ਉੱਚਾ ਹੋ ਗਿਆ ਵੀਰ। ਓਕੇ ਜੀ, ਅੱਗੇ ਦਿਖਾਵਾਂ ਤੁਹਾਨੂੰ ਬਾਈ, ਉਹ 1 ਕਿੱਲਾ ਆਪਣਾ ਬਚ ਗਿਆ, ਇਸ ਮਾਂ ਕੋਈ ਨੁਕਸਾਨ ਨਹੀਂ ਹੋਇਆ, ਇਸ ਮਾਂ ਆਪਣੇ ਖੱਡਾ ਮਰਾ ਦੀ ਇਹਦਾ। ਇਹ ਦੇਖੋ ਬਾਈ, ਇਹ ਖੱਡਾ ਬਹੁਤ ਡੂੰਘਾ ਮਰਾਇਆ, ਇਸ ਮਾਂ ਰੇਤਾ ਨਹੀਂ ਆਇਆ ਨੀਚੇ ਬਾਈ, ਥੋੜ੍ਹਾ ਥੋੜ੍ਹਾ ਰੇਤਾ ਆਇਆ, ਤੋ ਡੂੰਘਾ ਖਾਸਾ ਆਇਓ। ਬਾਕੀ ਕਣਕ ਦੇਖ ਲਿਓ ਤੁਹਾਨੂੰ, ਇਸ ਖੇਤ ਮਾਂ ਕੋਈ ਟਾਕੀ ਇਸ ਮਾਂ ਬਾਈ ਪੀਲੀ ਨਹੀਂ ਹੈ, ਕਹੀਂ ਤਾਂ ਮਰੀ ਨਹੀਂ, ਬਸ ਹੀ ਹੋਇਆ ਮੜ ਜੀ ਜੇ ਸੀ ਪੀ ਗਿੱਲ ਹੋਇਆ। ਬਾਕੀ ਖੱਡਾ ਬਸ ਦੇਗੀ ਵੀ ਤੁਹਾਨੂੰ ਵੀਡੀਓ ਦਿਖਾ ਦੇਂਗੇ ਮੇਰੇ ਪਾਸ।
मेरे पर वीडियो पई है खड्डा मारन आई थी जिस दिन मशीन उस दिन की। बाकी भाई ने अपने खेत है 8 किले ठेके पर लिए हुए अपने, बाकी अपने घर पर 10 किले, तो 18 किले की खेती है भाई। छोटे से जिमीदार खाना हमें क्यों भी मिंदू हाँ ठेके टुके पर ले चली जा। यो भाई उरे मर जा JCB गल खराब हो गया और इन्होंने JCB चढ़ाई थी उदन। बाकी ये डूंगा डूंगा दूर दूर तक दिख रहा है जरा, वो मोटर है भाई अपनी सामने सरों के नेड़ा। बाकी ने 8 किले का टक है भाई। चलो फिर मिलते हैं आगे जाके, देखते हैं जो मौसम साफ होया माड़ा मोटा मशीन के नेड़ा लग गया तुम दिखा दें भाई। वैसे मुश्किल है यह जो मौसम वहाँ नेड़ा लगने जी नहीं करता हूँ, तो शेड पिया वा भाई शेड के नीचे खड़ा गया जिस तरह मर्जी कम करी जा, पर फिर भी ठंड जी हुआ यार थानू पता ही है भी स्वाद नहीं आता कम करने का यह जो मौसम। धुप्प जी हुआ ना फिर ठीक है, धुप्प जी चढ़ रही है थोड़ी थोड़ी। बाकी देखो एक जे रब राड़ा कर दे, ऐतकी रब न हो पता नहीं कह रहा थोड़े जे दिन कड़ा जदी मीह पा दे, 2 दिन धुप्प कड़ा जदी मीह पा दे। क्यों भाई जी मित्रों मौसम हो गया साफ थोड़ा, आपां सोचिया भी थोड़ा जिहा काम कर लीए, चल वेले बैठा जी भाई टाइम नहीं लगता 2 घंटे जिहड़े है माड़ा मोटा काम कर लिया मशीन का। तो आपां तुहानूं दिखावां प्लेट, यो भाई डिस्क वाली प्लेट है, थाने पहली वीडियो में देखी भी इसकी क्या हालत थी। आपां इसका फेस लवा दी, थोड़ी पतली होगी पर चल जाएगी, इतनी ज़्यादा भी नहीं पतली हुई। देखो इसका फेस लवा दिया भाई, ये होगी प्लेन, इन्हों आप फिट कर दें और लैदर लूदर विच के पा दें जो भी पड़ेगा। ठीक है जी फिटिंग के बाद मिलते हैं फिर देखते हैं, 2 घंटे ला लें, ठंड बहुत हो रही है ता करके मूँह तो सूरज तो चढ़िया थोड़ा मोटा, पर ठंड के कारण थोड़ा जा कम करने जी नहीं करता यार है जिम। धुप्प में ठीक रहा, धुप्प में कम भी नहीं बिड़ा भी हुआ, तो ता करके अपना ये कम करा ये ना डिस्क पा दें इसकी, ब्रेक ओके कर दें, एक मास्टर सिलेंडर ला दें भाई नमा, ये मास्टर सिलेंडर है भाई, यो हवा बना पा यार इसमें, इसका ब्रेक लगना बंद हो जा, पैडल डबल 2-3 बारी पैडल मारे से पहले लगा इधरला ठीक है, डबल पैडल की मशीन है दोनों अलग अलग हैं भाई ने, यो आप चेंज कर देंगे नवा पा दें इसके बाद देखा पोजिशन क्या बोला है। ओके जी अपा भाई ब्रेक खोल लिए, ब्रेक न चंकी तरह साफ करका, ये सारा गर्दे गल भरे वादा साफ कर दिए भाई, ने लैदर है लैदर है तो ठीक है उपाय तो बहुत है, पर आप फेस लवाया नमा आप लैदर बदल देंगे इसके, ऊँ रख लेंगे मैंने सही तो खराब हो गया लैदर भाई, देखो इसमें कट कितने या फिर रगड़ का पाना पड़ेगा, तो रगड़ का पावेंगे छोटा हो जाएगा, आप बदलो दें उधर नवे पाए थे पिछले सीजन, पर फिर भी तो सारा भाई उसे कबाड़ कबूड़ सारा साफ करका अपना फिर फिटिंग करेंगे इनू। ठीक है जी ब्रेक ले इधर भाई ने पीना हुआ एक ने सैडा वाली जिनमें रुके बहुत ने चलती होनी चाहिए बिच नू बाहर कड़गा साफ करेगा ग्रीस लागा ला दे भी जाम हुई भी जिस तरह, तो ये ब्रेक अंदर बाहर मुश्किल है होना इसका, तो आप इनू चाबी या पाने गल देखेंगे इनू बाहर कड़ लें, इनू बाहर कड़ा ग्रीस ग्रूस लागा सारा कुछ चेक वो कर देंगे, चलती होनी चाहिए इसके बीच भाई जिस तरह उरली चल रही है इस तरह चलती होनी चाहिए इसके बीच, ता ही ब्रेक लेदर लगा और खुला भाई ने। ठीक है जी पिना कड़ ली भाई अपने बाहर ने चलती कर दी इसके बीच, दोनों पिना इसी तरह चलती होनी चाहिए आप समा ने नवे आप लैदर लिया उपर से तार का मशीन पर पाई थे अपने पा नवे लैदर फिट कर देंगे बस इसके फिट करका फिर इनू करेंगे चेक। ठीक है जी बाकी इनू फिट कर लें फिट करका फिर देखा भी क्या पोजिशन है इसकी कैसी चल रही कैसी नहीं चल रही।